ਇਹ ਗਾਣਾ ਗਾਇਆ ਸੀ ਕਿ ਜੇਲਾ ਵਿੱਚੋਂ ਫੋਨ ਆਉਣਗੇ ਪਰਖੀ ਨਾ ਪਹੁੰਚ ਜੱਟ ਦੀ ਤੇ ਜੇਲਾ ਚ ਤੁਹਾਨੂੰ ਫੋਨ ਆ ਗਿਆ ਪਰ ਜੱਟ ਦੀ ਪਹੁੰਚ ਪਰਖਣ ਦੀ ਕੀ ਲੋੜ ਹੈ ਪਰ ਜੱਟ ਨੂੰ ਡਰਨ ਦੀ ਕੀ ਲੋੜ ਹੈ ਤੁਸੀਂ ਇਹ ਕਹਿੰਦੇ ਰਹੇ ਹੋ ਕਿ ਮੈਂ ਜੱਜ ਬਣਨਾ ਕੀ ਕਰਾਂ ਵੈਲੀ ਨਾਲ ਪਿਆਰ ਹੋ ਗਿਆ ਤੁਸੀਂ ਇਹ ਕਹਿੰਦੇ ਰਹੇ ਹੋ ਨਾ ਫਿਰ ਹੁਣ ਡਰਦੇ ਕਿਉਂ ਔਲਖ ਸਾਹਿਬ ਇਹ ਕਦੇ ਵੀ ਜਿਹੜੀ ਤੁਸੀਂ ਸਮਾਜ ਨੂੰ ਜੋ ਚੀਜ਼ ਦੇ ਰਹੇ ਹੋ ਇਹ ਕੁਦਰਤ ਦਾ ਨਿਜਮ ਹੈ ਉਹ ਤੁਹਾਨੂੰ ਵਾਪਸ ਜੋ ਬੀਜੋਗੇ ਉਹ ਵੱਡਣਾ ਪੈਣਾ ਹੈ ਜੇਲ੍ਹ ਚੋਂ ਕਿਪੇ ਸਨਿਆਰਾ ਵੇ ਜੱਟੀ ਨੇ ਕਰਾਉਣੇ ਕੰਗਣੇ ਵੀ ਜੇਲ੍ਹ ਚੋਂ ਤੂੰ ਸਨਿਆਰੇ ਨੂੰ ਫੋਨ ਕਰ ਫਰौती ਮੰਗ ਜਾਂ ਸਨਿਆਰੇ ਨੂੰ ਆਰਡਰ ਕਰ ਵੀ ਆ ਕੰਗਣੇ ਬਣਾ ਕੇ ਦੇ ਉਹ ਇੱਕ ਵੀ ਗਾਣਾ ਤੁਸੀਂ ਇਹ ਕੱਢ ਦਿਓ ਕਿ ਆ ਗਾਣਾ ਉਹਦਾ ਗੈਂਗਸਟਰਾਂ ਤੋਂ ਪਾਸੇ ਸੀ ਆ ਗਾਣਾ ਉਹਦਾ ਵੈਲਪੁਣੇ ਤੋਂ ਪਾਸੇ ਸੀ ਆ ਗਾਣੇ ਚੋਂ ਨੇ ਚੰਗੀ ਸਮਾਜ ਨੂੰ ਸੇਧ ਦੇਣੀ ਹੈ ਤੁਸੀਂ ਪੰਜਾਬ ਜਿਹੜੇ ਆਮ ਨੌਜਵਾਨ ਹੈ ਜਿਹੜੇ ਹਾਲੇ ਕਿ ਇਹਨਾਂ ਇਹਨਾਂ ਚੀਜ਼ਾਂ ਨਾਲ ਜੁੜੇ ਨਹੀਂ ਉਹਨਾਂ ਨੂੰ ਵੀ ਇਹ ਸੁਪਨੇ ਦਿਖਾ ਰਹੇ ਹੋ ਕਿਹੜਾ ਗੈਂਗਸਟਰ ਬਾਦ ਹੈ ਜਾਂ ਜਿਹੜੇ ਗੈਂਗਸਟਰ ਨਾਲ ਜੁੜੇ ਲੋਕ ਹੈ ਉਹਨਾਂ ਦੀ ਟੌਰ ਬਹੁਤ ਹੈ ਹਰ ਗੱਲ ਤੇ ਜੱਟ ਵੈਲੀ ਤੁਸੀਂ ਜਦੋਂ ਜੋ ਬੀਜੋਗੇ ਜੋ ਤੁਸੀਂ ਸੋਸਾਇਟੀ ਨੂੰ ਦੇ ਰਹੇ ਹੋ ਤੁਹਾਡੇ ਤੇ ਮੁੜ ਕੇ ਆਉਣਾ ਹੈ ਇਹ ਨਾ ਸੋਚੋ ਕਿ ਜਿਹੜੀ ਤੁਸੀਂ ਵੰਡ ਦੇ ਰਹੇ ਹੋ ਗਾਣੇ ਹੈ ਦਾ ਅਸਰ ਨਹੀਂ ਹੁੰਦਾ ਦਾ ਅਸਰ ਹੁੰਦਾ ਹੈ ਮਨਕੀਰ ਤੌਲਖ ਇੱਕ ਪੋਸਟ ਪਾਉਂਦੇ ਆ ਇੱਕ ਇੰਟਰਵਿਊ ਜਾਰੀ ਕਰਦੇ ਆ ਕਿ ਮੈਨੂੰ ਖਤਰਾ ਹੈ ਮੇਰਾ ਨਾਤਾ ਹੁਣ ਗਾਣੇ ਲਿਖਣ ਨੂੰ ਜੀ ਕਰ ਰਿਹਾ ਨਾ ਗਾਣੇ ਗਾਉਣ ਨੂੰ ਜੀ ਕਰ ਰਿਹਾ ਵੀ ਜੋ ਮੈਨੂੰ ਧਮਕੀਆਂ ਮਿਲ ਰਹੀਆਂ ਉਹਨਾਂ ਨੂੰ ਧਮਕੀਆਂ ਮਿਲ ਵੀ ਰਹੀਆਂ ਹੋਣਗੀਆਂ ਅਸੀਂ ਇਹ ਨਹੀਂ ਕਹਿੰਦੇ ਮਾੜੀ ਗੱਲ ਧਮਕੀਆਂ ਮਿਲਣੀਆਂ ਵੀ ਮਾੜੀ ਗੱਲ ਹੈ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੇ ਕੇਸ ਦੇ ਕੇਸ ਨਾਲ ਜੋੜ ਕੇ ਕੋਈ ਗਰੁੱਪ ਧਮਕੀਆਂ ਦੇ ਰਿਹਾ ਉਹ ਚੰਗੀ ਗੱਲ ਨਹੀਂ ਹੈ ਇਹ ਪਰਤ ਨਹੀਂ ਚਾਹੀਦੀ ਕਿ ਉਹ ਉਹ ਮਾਰਤਾ ਜੀ ਅਸੀਂ ਇਹਦਾ ਬਦਲਾ ਲੈ ਲਿਆ ਅਸੀਂ ਉਹਨੂੰ ਮਾਰਤਾ ਉਹਦਾ ਬਦਲਾ ਲੈ ਲਿਆ ਜੇਕਰ ਮਨਕੀਰ ਤੌਲਖ ਦਾ ਸਿੱਧੂ ਮੂਸੇਵਾਲੇ ਦੇ ਕੇਸ ਨਾਲ ਕੋਈ ਸੰਬੰਧ ਹੈ ਤਾਂ ਕੋਰਟ ਪਈਆਂ ਅਦਾਲਤਾਂ ਮੈਨੂੰ ਸਜ਼ਾ ਦੇਣ ਇਸ ਤਰੀਕੇ ਦੀ ਪਰਤ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਗਾਣਾ ਗਾਇਆ ਸੀ ਕਿ ਜੇਲਾ ਵਿੱਚੋਂ ਫੋਨ ਆਉਣਗੇ ਪਰਖੀ ਨਾ ਪਹੁੰਚ ਜੱਟ ਦੀ ਤੇ ਜੇਲਾ ਚ ਤੁਹਾਨੂੰ ਫੋਨ ਆ ਗਿਆ ਪਰ ਜੱਟ ਦੀ ਪਹੁੰਚ ਪਰਖਣ ਦੀ ਕੀ ਲੋੜ ਹੈ ਪਰ ਜੱਟ ਨੂੰ ਡਰਨ ਦੀ ਕੀ ਲੋੜ ਹੈ ਜੇਲ੍ਹ ਚ ਤੁਹਾਨੂੰ ਫੋਨ ਆ ਗਿਆ ਤਾਂ ਤੁਸੀਂ ਕਹਿੰਦੇ ਨੇ ਨਾ ਕਿ ਜੇਲਾ ਵਿੱਚੋਂ ਫੋਨ ਆਉਣਗੇ ਪਰਖੀ ਨਾ ਪਹੁੰਚ ਜੱਟ ਦੀ ਘਰ ਦੇ ਕੰਮ ਕੀ ਪੁੱਛਦੇ ਕਾਰੋਬਾਰ ਬੱਲੀਏ ਕਹਿੰਦੀ ਕਰੇ ਬਦਮਾਸ਼ੀ ਬੱਲੀਏ ਤੁਸੀਂ ਕਹਿੰਦੇ ਰਹੇ ਹੋ ਤੁਸੀਂ ਕੁੜੀਆਂ ਨੂੰ ਇਹ ਪਰਮ ਨੂੰ ਬਦਮਾਸ਼ੀ ਵਾਲਾ ਮੁੰਡਾ ਪਹੁੰਚ ਕੈਂਟ ਹੁੰਦਾ ਤੁਸੀਂ ਇਹ ਕਹਿੰਦੇ ਰਹੇ ਹੋ ਕਿ ਮੈਂ ਜੱਜ ਬਣਨਾ ਕੀ ਕਰਾਂ ਵੈਲੀ ਨਾਲ ਪਿਆਰ ਹੋ ਗਿਆ ਤੁਸੀਂ ਇਹ ਕਹਿੰਦੇ ਰਹੇ ਹੋ ਨਾ ਫਿਰ ਹੁਣ ਡਰਦੇ ਕਿਉਂ ਠੀਕ ਹੈ ਨਾ ਹੁਣ ਡਰਦੇ ਕਿਉਂ ਤੁਸੀਂ ਕਹਿੰਦੇ ਰਹੇ ਹੋ ਤੁਸੀਂ ਇਹ ਚੀਜ਼ਾਂ 'ਚ ਲਿਆਉਂਦੇ ਰਹੇ ਹੋ ਜੇਲਾ ਵਿੱਚੋਂ ਫੋਨ ਜੇ ਤੁਸੀਂ ਕਰਵਾਉਂਦੇ ਰਹੇ ਹੋ ਕਿਸੇ ਨੂੰ ਤਾਂ ਤੁਹਾਨੂੰ ਵੀ ਤਾਉਣਗੇ ਜੇ ਜੇਲਾ 'ਚੋਂ ਜਿਹੜੇ ਫੋਨ ਆਏ ਜੇ ਕਿਸੇ ਨੂੰ ਡਰਾਉਣ ਵਾਸਤੇ ਕਿਸੇ ਤੋਂ ਫਰੋਤੀ ਲੈਣ ਵਾਸਤੇ ਤੁਸੀਂ ਕਰਵਾਉਂਦੇ ਰਹੇ ਹੋ ਜਾਂ ਤੁਸੀਂ ਉਹ ਪ੍ਰਮੋਟ ਕਰਦੇ ਰਹੇ ਹੋ ਕਿ ਜੇਲਾ ਦੇ ਫੋਨ ਬੜੇ ਤਾਕਤਵਾਰ ਨੇ ਤਾਂ ਉਹ ਫੋਨ ਤੁਹਾਨੂੰ ਵੀ ਤਾਉਣਗੇ ਔਲਖ ਸਾਹਿਬ ਇਹ ਕਦੇ ਵੀ ਜਿਹੜੀ ਤੁਸੀਂ ਸਮਾਜ ਨੂੰ ਜੋ ਚੀਜ਼ ਦੇ ਰਹੇ ਹੋ ਕੁਦਰ ਦਾ ਨਿਜਮ ਹੈ ਉਹ ਤੁਹਾਨੂੰ ਵਾਪਸ ਜੋ ਬੀਜੋਗੇ ਉਹ ਵੱਡਣਾ ਪੈਣਾ ਹੀ ਪੈਣਾ ਹੈ ਜੋ ਤੁਸੀਂ ਕਰ ਰਹੇ ਹੋ ਉਹਦਾ ਫਲ ਤੁਹਾਨੂੰ ਭੁਗਤਣਾ ਪੈਣਾ ਹੀ ਹੈ ਜੇ ਚੰਗਾ ਕਰ ਰਹੇ ਹੋ ਤਾਂ ਚੰਗੇ ਦਾ ਫਲ ਭੁਗਤਣਾ ਪੈਣਾ ਮਾੜਾ ਕਰ ਰਹੇ ਹੋ ਮਾੜੇ ਦਾ ਫਲ ਭੁਗਤਣਾ ਪੈਣਾ ਹੈ ਇਹ ਪੱਕੀ ਗੱਲ ਹਨਕੀਰ ਤੌਲਖ ਉਹ ਗਾਇਕ ਹੈ ਜੀ ਦੀ ਗਾyki ਸਦਾ ਹੀ ਸਦਾ ਹੀ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਸਦਾ ਹੀ ਵੈਲਪੁਰੇ ਨੂੰ ਪ੍ਰਮੋਟ ਕਰਨ ਸਦਾ ਹੀ ਗੈਂਗਸਟਰਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਨ ਕਿ ਗੈਂਗਸਟਰ ਤਾਂ ਸਭ ਕੁਝ ਹੀ ਚਲਾਉਂਦੇ ਆ ਦੇਸ਼ ਸਟੇਟ ਗੈਂਗਸਟਰ ਹੀ ਚਲਾ ਰਹੇ ਆ ਇਸ ਤਰੀਕੇ ਨਾਲ ਪੇਸ਼ ਕਰਨੀਆਂ ਤੁਸੀਂ ਗਾਣੇ ਵਿੱਚੋਂ ਵੀ ਬੈਠਾ ਜੇਲ੍ਹ ਚੋਂ ਕਿ ਪੇ ਸਨਿਆਰਾ ਵੇ ਜੱਟੀ ਨੇ ਕਰਾਉਣੇ ਕੰਗਣੇ ਵੀ ਜੇਲ੍ਹ ਚੋਂ ਤੂੰ ਸਨਿਆਰੇ ਨੂੰ ਫੋਨ ਕਰ ਫਰauti ਮੰਗ ਜਾਂ ਸਨਿਆਰੇ ਨੂੰ ਆਰਡਰ ਕਰ ਵੀ ਆ ਕੰਗਣੇ ਬਣਾ ਕੇ ਦੇ ਠੀਕ ਹੈ ਇਸ ਤਰੀਕੇ ਦੇ ਨਾਲ ਉਹ ਇਹ ਗਾਣਾ ਕੀ ਗੈਂਗਸਟਰ ਪ੍ਰਮੋਟ ਫਿਰ ਉਹ ਕਿ ਨਹੀਂ ਜਿਹੜੇ ਜੇਲ੍ਹਾਂ ਚ ਹਲਾਉਂਦੇ ਸਰਕਾਰ ਨੇ ਜਿਹੜੇ ਜੇਲ੍ਹਾਂ ਚ ਹਲਾਉਂਦੇ ਸਰਕਾਰ ਨੇ ਵੀ ਮਤਲਬ ਤੁਸੀਂ ਹਰ ਗੱਲ ਤੇ ਗੈਂਗਸਟਰ ਇੱਕ ਲੜਕੀ ਨੂੰ ਪੇਸ਼ ਕੀਤਾ ਉਹ ਇਹ ਪੇਸ਼ ਕੀਤਾ ਗਿਆ ਕਿ ਮੈਂ ਮੁੰਡਾ ਉਹ ਜੇ ਬੈਲ ਕਰਦਾ ਕੋਈ ਨਹੀਂ ਠੀਕ ਹੋ ਜੂਗਾ ਕਿਹੜਾ ਜੱਟਾਂ ਦਾ ਪੁੱਤ ਆ ਜਿਹੜਾ ਬੈਲ ਨਹੀਂ ਕਰਦਾ ਇਸ ਤਰੀਕੇ ਦਾ ਗਾਣਾ ਵੀ ਹਰ ਗੱਲ ਤੇ ਜੱਟ ਵੈਲੀ ਤੁਸੀਂ ਜਦੋਂ ਜੋ ਬੀਜੋਗੇ ਜੋ ਤੁਸੀਂ ਸੋਸਾਇਟੀ ਨੂੰ ਦੇ ਰਹੇ ਹੋ ਤੁਹਾਡੇ ਤੱਕ ਮੁੜ ਕੇ ਆਉਣਾ ਇੱਕ ਬੋਲ ਹੁੰਦੀ ਹੈ ਜੋ ਅਸੀਂ ਕੰਮ ਤੇ ਮਾਰਦੇ ਹਾਂ ਜੋ ਅਸੀਂ ਸੋਸਾਇਟੀ ਨੂੰ ਦੇ ਰਹੇ ਹੁੰਨੇ ਆ ਉਹ ਕੰਮ ਤੇ ਬੋਲ ਵੱਜ ਰਹੀ ਹੁੰਦੀ ਜੇ ਤੁਸੀਂ ਚੰਗੀ ਬੋਲ ਮਾਰੋਗੇ ਉਹ ਚੰਗਾ ਸੋਨਾ ਟੋਡਣ ਟੱਪਾ ਆਊਗਾ ਜੇ ਤੁਸੀਂ ਮਾਰੇ ਤਰੀਕੇ ਨਾਲ ਮਾਰੋਗੇ ਤਾਂ ਉਹਦਰ ਮੂੰਹ ਤੇ ਹੀ ਵੱਜੇ ਇਹ ਇਹ ਸੋਸਾਇਟੀ ਦੇ ਵਿੱਚ ਵਾਪਰਦਾ ਹੀ ਹੈ ਇੱਕ ਵੀ ਗਾਣਾ ਮਨਕੀਰ ਤੌਲਖ ਦਾ ਇੱਕ ਵੀ ਗਾਣਾ ਤੁਸੀਂ ਜਿੰਨੇ ਮਰਜ਼ੀ ਚੱਕ ਲੋ ਇੱਕ ਵੀ ਗਾਣਾ ਤੁਸੀਂ ਇਹ ਕੱਢ ਦਿਓ ਕਿ ਆ ਗਾਣਾ ਉਹਦਾ ਗੈਂਗਸਟਰਾਂ ਤੋਂ ਪਾਸੇ ਸੀ ਆ ਗਾਣਾ ਉਹਦਾ ਵੈਲਪੁਣੇ ਤੋਂ ਪਾਸੇ ਸੀ ਆ ਗਾਣੇ ਚੋਂ ਨੇ ਚੰਗੀ ਸਮਾਜ ਨੂੰ ਸੇਧ ਦੇਣੀ ਹੈ ਜਦੋਂ ਤੁਸੀਂ ਸਮਾਜ ਨੂੰ ਦਿੱਤਾ ਹੀ ਹੈ ਜਿਹਾ ਕੁਝ ਹੈ ਜੋ ਤੁਸੀਂ ਜੇਲ੍ਹਾਂ 'ਚ ਬੈਠਿਆਂ ਨੂੰ ਇਸ ਤਰੀਕੇ ਨਾਲ ਪੇਸ਼ ਕਰ ਰਹੇ ਹੋ ਕਿ ਉਹ ਜੇਲ੍ਹਾਂ 'ਚ ਬੈਠੇ ਬਹੁਤ ਚੰਗਾ ਕੰਮ ਕਰ ਰਹੇ ਹੋ ਨੌਜਵਾਨਾਂ ਨੂੰ ਤੁਸੀਂ ਸਿੱਧੀ ਗਲਤ ਦੇ ਰਹੇ ਹੋ ਤੁਸੀਂ ਜਿਹੜੇ ਆਮ ਨੌਜਵਾਨ ਹੈ ਜਿਹੜੇ ਹਾਲੇ ਕਿ ਇਹਨਾਂ ਇਹਨਾਂ ਚੀਜ਼ਾਂ ਨਾਲ ਜੁੜੇ ਨਹੀਂ ਉਹਨਾਂ ਨੂੰ ਵੀ ਇਹ ਸੁਪਨੇ ਦਿਖਾ ਰਹੇ ਹੋ ਕਿਹੜਾ ਗੈਂਗਸਟਰ ਬਾਦ ਹੈ ਜਾਂ ਜਿਹੜੇ ਗੈਂਗਸਟਰ ਨਾਲ ਜੁੜੇ ਲੋਕ ਹੈ ਉਹਨਾਂ ਦੀ ਟੌਹਰ ਬਹੁਤ ਹੈ ਉਹਨਾਂ ਦੇ ਫੋਨ ਤੇ ਸਿਸਟਮ ਹਿੱਲ ਜਾਂਦਾ ਉਹਨਾਂ ਦੇ ਫੋਨ ਦੇ ਉੱਤੇ ਕੰਮ ਹੁੰਦੇ ਆ ਉਹਨਾਂ ਦੇ ਫੋਨ ਤੋਂ ਸਰਕਾਰਾਂ ਡਰਦੀਆਂ ਜਦੋਂ ਤੁਸੀਂ ਇਹ ਦੇ ਰਹੇ ਹੋ ਫੇਰ ਇਹ ਚੀਜ਼ਾਂ ਤੁਹਾਡੇ ਨਹੀਂ ਆਉਣੀਆਂ। ਹਲਕ ਸਭ ਤੁਸੀਂ ਕੋਈ ਗਾਣਾ ਆਪਦੇ ਸਾਰੇ ਚੱਕ ਲੋ ਕਿ ਸ਼ਹਿਰ ਵਿੱਚ ਹੋਇਆ ਜੱਟਾ ਕੀ ਰਫਲਾ ਮਾਮ ਪ੍ਰਾਪਤ ਹੋਈਆਂ ਨੇ ਅਠ ਰਫਲਾ ਇਹੋ ਜਿਹਾ ਗਾਣਾ ਹੈ। ਸਾਨੂੰ ਤਾਂ ਗਾਣੇ ਵੀ ਨਹੀਂ ਪੂਰੇ ਹੁੰਦੇ ਅੱਠ ਰਫਲਾ ਵੀ ਰਫਲਾ ਹਥਿਆਰ ਇਹ ਤੁਹਾਡੇ ਨਹੀਂ ਆਉਣਗੇ। ਇਹ ਤੁਹਾਡੇ ਤੇ ਚੱਲਣਗੇ ਕਿਉਂਕਿ ਤੁਸੀਂ ਇਹ ਚੀਜ਼ਾਂ ਨੂੰ ਪੇਸ਼ ਬੜੇ ਵਧੀਆ ਢੰਗ ਨਾਲ ਕੀਤਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਹੁੰਦੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੇ ਸਾਰਾ ਪੰਜਾਬ ਰੋਂਦਾ ਸਾਰੇ ਪੰਜਾਬ ਨੂੰ ਦੁੱਖ ਹੁੰਦਾ ਸਾਰਾ ਪੰਜਾਬ ਕਹਿੰਦਾ ਕਿ ਇਹ ਬਹੁਤ ਮਾੜੀ ਘਟਨਾ ਹੈ ਸਿੱਧੂ ਮੂਸੇਵਾਲੇ ਦੀ ਨਾਲ ਕਿਸੇ ਦੇ ਪੱਖਪਾਤ ਵਿਰੋਧ ਵੀ ਹੋ ਸਕਦਾ ਹੈ ਕੋਈ ਉਹਦੀ ਵਿਚਾਰਧਾਰਾ ਨੂੰ ਨਹੀਂ ਚੰਗਾ ਸਮਝਦਾ ਹੋ ਸਕਦਾ ਹੈ ਕਿਸੇ ਨੂੰ ਦੀ ਗਾਇਕੀ ਵੀ ਪਸੰਦ ਨਹੀਂ ਹੋ ਸਕਦੀ ਪਰ ਜਿਹੜੀ ਉਹਦੀ ਮੌਤ ਦਾ ਤਰੀਕਾ ਅਪਣਾਇਆ ਗਿਆ ਉਹ ਤੋਂ ਸਭ ਦੁਖੀ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਵੀ ਨੌਜਵਾਨ ਨੂੰ ਕਿਸੇ ਵੀ ਪੰਜਾਬੀ ਨੂੰ ਐ ਮਾਰ ਦੇਣਾ ਬਹੁਤ ਮੰਦਪਗ ਹੈ ਤੁਹਾਡੇ ਨਾਲ ਵੀ ਜੇ ਇਹੀ ਘਟਨਾ ਕਿਤੇ ਵਾਪਰਦੀ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਵਾਪਰੇ ਪਰ ਸਾਰਾ ਪੰਜਾਬ ਫਿਰ ਵੀ ਦੁਖੀ ਹੋਵੇਗਾ ਪਰ ਕਿਤੇ ਨਾ ਕਿਤੇ ਤੁਹਾਨੂੰ ਗਾਇਕੀ ਦੇ ਵਿੱਚ ਸੋਚਣਾ ਪਵੇਗਾ ਜੇ ਤੁਸੀਂ ਕਹੋ ਕਿ ਗਾਇਕੀ ਨਹੀਂ ਹੈ ਜਿਹਾ ਕੁਝ ਕਰਵਾਉਂਦੀ ਗਾਇਕੀ ਤਾਂ ਇੱਕ ਕਲਾ ਹੈ ਤਾਂ ਇੱਕ ਨੌਜਵਾਨ ਨੇ ਕਤਲ ਕੀਤਾ ਸੀ ਮੈਂ ਉਹਦਾ ਨਾਂ ਭੁੱਲ ਗਿਆ ਤਾਂ ਉਹਨੇ ਇਹ ਕਿਹਾ ਸੀ ਕਿ ਤੁਸੀਂ ਇਹ ਕਤਲ ਕਿਉਂ ਕੀਤਾ ਉਹਨੂੰ ਸਵਾਲ ਕੀਤਾ ਸੀ ਕਿਸੇ ਨੇ ਉਹ ਕਹਿੰਦਾ ਬਸ ਮੈਨੂੰ ਨਾ ਕਰਨ ਔਜਲੇ ਦਾ ਕੋਈ ਗਾਣਾ ਸੁਣਿਆ ਸੀ ਬਦਮਾਸ਼ੀ ਵਾਲਾ ਤੇ ਮੈਂ ਉਹ ਤੋਂ ਬਾਅਦ ਇਹ ਕਤਲ ਕਰਤਾ ਕਹਿੰਦਾ ਵੀ ਇਹ ਨਾ ਸੋਚੋ ਕਿ ਅਸਰ ਨਹੀਂ ਹੁੰਦਾ ਇਹ ਨਾ ਸੋਚੋ ਕਿ ਜਿਹੜੀ ਤੁਸੀਂ ਵੰਡ ਦੇ ਰਹੇ ਹੋ ਗਾਣੇ ਆ ਦਾ ਅਸਰ ਨਹੀਂ ਹੁੰਦਾ ਦਾ ਅਸਰ ਹੁੰਦਾ ਹੈ ਤੁਸੀਂ ਦੇਖ ਲਿਓ ਕਿ ਜਿਹੜੇ ਮੁੰਡੇ ਥੋੜਾ ਬਹੁਤਾ ਹੀ ਬਦਮਾਸ਼ੀ ਚ ਪੈਰ ਧਰਦੇ ਆ ਜਾਂ ਜਿਹਨਾਂ ਨੂੰ ਲੱਗਦਾ ਵੈਲੀ ਆਪਣਾ ਉਹਨਾਂ ਦੀਆਂ ਗੱਡੀਆਂ 'ਚ ਤੁਹਾਡੇ ਵਰਗਿਆਂ ਦੇ ਗਾਣੇ ਵਜਦੇ ਹੁੰਦੇ ਆ ਅਕਸਾਉਂਦਾ ਹੈ ਗਾਣਾ ਬੰਦੇ ਨੂੰ ਬੰਦਾ ਇਹਨੂੰ ਗਾਣਾ ਅਕਸਾਉਂਦਾ ਨੱਚਣ ਵਾਸਤੇ ਵੀ ਆਪਾਂ ਕਹਿੰਦੇ ਆ ਕਿ ਢੋਲ ਵਾਲਾ ਗਾਣਾ ਹੋਵੇ ਤਾਂ ਬੰਦੇ ਦਾ ਨੱਚੇ ਨੂੰ ਹੁਣ ਸੈਂਟ ਸੌਂਗ ਤੇ ਕੋਈ ਨੱਚਦਾ ਇਹ ਗਮੇ ਵੀ ਗਾਣੇ ਦਾ ਕੋਈ ਅਸਰ ਹੀ ਨੱਚਦਾ ਤਾਂ ਉਹਦੇ ਤੇ ਹੀ ਹੈ ਨਾ ਜਿਹਦੇ ਤੇ ਕੋਈ 베ਸ ਹੋਵੇ ਕੋਈ ਕੋਸ਼ ਹੋਵੇ ਤੇ ਜਿਹੜਾ ਗਾਣਾ ਵੈਲਪੁਣੀ ਵਾਲਾ ਉਹ ਵੈਨਪੁਲੇ ਵਾਲੇ ਪਾਸੇ ਨੂੰ ਲੈ ਜਾਂਦਾ ਹੈ ਉਹ ਬੰਦੇ ਨੂੰ ਆਏ ਵੱਖਰੀ ਦੁਨੀਆ 'ਚ ਪੇਸ਼ ਕਰਦਾ ਹੈ ਉਹਨੂੰ ਜਿਹੜੀ ਅਸਲ ਦੁਨੀਆ ਉਹ ਤਾਂ ਦੂਰ ਲੈ ਕੇ ਜਾਂਦਾ ਤੇ ਅਜਿਹੇ ਗਾਣਿਆਂ ਦੀ ਮਨਕੀਰ ਤੌਲਖ ਦੀ ਪਰਮਾਰ ਹੈ ਉਹਦੀ ਗਾਣੇ ਜਿੰਨੇ ਮਰਜ਼ੀ ਚੱਕ ਲੋ ਜਿਉਂ ਵਰਤੀ ਚੱਕ ਲੋ ਇਹ ਵੀ ਹੈ ਕਿ ਉਹਦੀ ਕਿਸੇ ਗੈਂਗ ਨਾਲ ਦੋਸਤੀ ਵੀ ਹੈ ਇਹ ਚਰਚੇ ਵੀ ਰਹੇ ਆ ਅਸੀਂ ਨਹੀਂ ਪਤਾ ਵੀ ਉਹ ਕਿਹੜੀ ਗੈਂਗ ਦਾ ਦੋਸਤ ਹੈ ਕਿਹੜੀ ਗੈਂਗ ਦਾ ਦੁਸ਼ਮਣ ਹੈ ਪਰ ਚਰਚੇ ਰਹੇ ਆ ਕਿਉਂਕਿ ਬੰਦੇ ਦੇ ਦਿਮਾਗ ਦੇ ਵਿੱਚ ਉਹੀ ਵਿਚਰਦਾ ਹੁੰਦਾ ਹੈ ਬੰਦੇ ਦੇ ਦਿਮਾਗ 'ਚ ਉਹੀ ਵਾਪਰਦਾ ਹੁੰਦਾ ਹੈ ਜਿਸ ਤਰੀਕੇ ਦੀ ਸੋਸਾਇਟੀ ਦੇ ਵਿੱਚ ਜਿਸ ਤਰੀਕੇ ਦੇ ਲੋਕਾਂ ਨਾਲ ਰਹਿੰਦਾ ਹੈ ਉਹੋ ਜੀ ਉਹ ਕਲਮ ਦੀ ਇਸਤੇਮਾਲ ਕਰਦਾ ਹੈ ਉਹੋ ਜੀ ਕਲਮ ਵਾਲੇ ਲਿਖਾਰੀ ਉਹਨੂੰ ਪਸੰਦ ਆਉਂਦੇ ਹੁੰਦੇ ਆ ਸੋ ਇਸ ਕਰਕੇ ਜੇ ਅੱਜ ਮਨਕੀਰ ਤੌਲਖ ਨੂੰ ਕੀ ਧਮਕੀਆਂ ਮਿਲ ਰਹੀਆਂ ਇਹਦਾ ਕਾਰਨ ਵੀ ਮਨਕੀਰ ਤੌਲਖ ਹੀ ਹੈ ਹੁਣ ਡਰੇ ਨਾ ਹੁਣ ਭੱਜੇ ਨਾ ਹੁਣ ਉਹਦਾ ਸਾਹਮਣਾ ਕਰੇ ਤੇ ਜਵਾਬ ਦੇਵੇ ਉਹਨਾਂ ਨੌਜਵਾਨਾਂ ਨੂੰ ਵੀ ਜਵਾਬ ਦੇਣਾ ਪਵੇਗਾ ਜਿਹੜੇ ਇਹਦੇ ਗਾਣਿਆਂ ਕਰਕੇ ਗਲਤ ਕੰਮਾਂ 'ਚ ਗਏ ਆ